ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਸੀ ਬਲਾਕ ਰਣਜੀਤ ਐਵਨਿਊ ਵਿਖੇ ਕਾਰਵਾਈ ਕਰਦਿਆਂ 4 ਫਲੈਟਸ ਅਤੇ 2 ਬੂਥਾਂ ਨੂੰ ਜ਼ਬਤ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਨਿਯੁਕਤ ਡਿਊਟੀ ਮੈਜਿਸਟ੍ਰੇਟ ਲਖਵਿੰਦਰਪਾਲ ਸਿੰਘ ਗਿੱਲ ਦੀ ਮੌਜੂਦਗੀ ਹੇਠ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ XCN ਬਲਜਿੰਦਰ ਕਿਸ਼ੋਰ ਦੀ ਅਗਵਾਈ ਹੇਠ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਇਹ ਕਾਰਵਾਈ ਕੀਤੀ ਗਈ। ਉਹਨਾਂ ਦੱਸਿਆ ਕਿ ਇਹਨਾਂ ਫਲੈਟਸ ਅਤੇ ਬੂਥਾਂ ਦੇ ਮਾਲਕਾਂ ਵੱਲੋਂ ਇਹਨਾਂ ਫਲੈਟਸ ਅਤੇ ਬੂਥਾਂ ਦੀ ਕੀਮਤ ਵਿੱਚੋਂ ਸਿਰਫ 25% ਰਕਮ ਹੀ ਟਰੱਸਟ ਨੂੰ ਅਦਾ ਕੀਤੀ ਗਈ ਹੈ ਅਤੇ ਬਾਕੀ ਰਕਮ ਕਾਫੀ ਸਮੇਂ ਤੋਂ ਬਕਾਇਆ ਪਈ ਸੀ। ਇਸ ਲਈ ਟਰੱਸਟ ਵੱਲੋਂ ਇਹ ਫਲੈਟ ਅਤੇ ਬੂਥ ਜ਼ਬਤ ਕੀਤੇ ਗਏ ਹਨ। ਟਰੱਸਟ ਵੱਲੋਂ ਜੀ ਜਿਹਨਾਂ ਕੀ ਕਹਿੰਦੇ ਬੂਥਾਂ ਦੇ ਜਾਂ ਜਿਹੜੇ ਫਲੈਟ ਜਿਹੜੇ ਨੇ ਜਿਹਨਾਂ ਨੇ ਕੀ ਕਹਿੰਦੇ ਲੋਕਾਂ ਨੇ ਪਹਿਲਾਂ 1/4 ਜਮ੍ਹਾਂ ਕਰਾ ਕੇ ਪੈਸੇ ਬਾਕੀ ਜਮ੍ਹਾਂ ਨਹੀਂ ਕਰਾਏ ਹੈਗੇ ਉਹਨਾਂ ਦੇ ਕੀ ਕਹਿੰਦੇ ਪਲਾਟ ਟਰੱਸਟ ਵੱਲੋਂ ਜਿਹੜੇ ਆ ਜ਼ਬਤ ਕਰ ਲਏ ਗਏ ਨੇ, ਬੂਥ ਜਿਹੜੇ ਨੇ ਜ਼ਬਤ ਕਰ ਲਏ ਗਏ। ਇਹ ਟੋਟਲ 6 ਨੇ ਜੀ, 2 ਬੂਥ ਨੇ, 4 ਫਲੈਟ ਨੇ ਅਤੇ ਟਰੱਸਟ ਵੱਲੋਂ ਹੁਣ ਰਿਜ਼ਿਊਮ ਕਰ ਲਏ ਗਏ ਨੇ, ਜ਼ਬਤ ਕਰ ਲਏ ਗਏ। ਇਹੀ ਅਪੀਲ ਹੈ ਜੀ ਕੀ ਕਹਿੰਦੇ, ਇੱਕ ਤਾਂ ਅਸੀਂ ਸੀ ਬਲੋਕ ਮਾਰਕੀਟ ਦੇ ਵਿੱਚ ਸਾਰੀ ਦੇ ਵਿੱਚ ਕੀ ਕਹਿੰਦੇ ਚੱਕਰ ਲਗਾਇਆ, ਉਹਨਾਂ ਨੂੰ ਕਿਹਾ ਕਿ ਜਿੰਨਾ ਵੀ ਇੱਕ ਹੈਗੇ ਆਪਣੇ ਕੋਰੀਡੋਰ ਜਿਹੜੇ ਇਹਨਾਂ ਨੇ ਨਜਾਇਜ਼ ਵਾਲੇ ਨੇ ਇਹ ਖਾਲੀ ਕਰ ਲੈਣ, ਨਹੀਂ ਤਾਂ ਅਸੀਂ 1-2 ਦਿਨਾਂ ਦੇ ਵਿੱਚ ਇਹਨਾਂ 'ਤੇ ਵੀ ਕਾਰਵਾਈ ਨਹੀਂ ਕੀਤੀ। ਇਹ DC ਸਾਹਿਬ ਵੱਲੋਂ ਅੱਜ ਜਿਹੜੀ ਡਿਊਟੀ ਲਗਾਈ ਗਈ ਹੈ ਅਪਰੂਵਲ ਟਰੱਸਟ ਦੇ ਚੇਅਰਮੈਨ ਸਾਹਿਬ ਦੇ ਕਹਿਣ 'ਤੇ, ਇਹ ਅੱਜ 2 ਬੂਥ ਅਤੇ 4 ਫਲੈਟਾਂ 'ਤੇ ਕਬਜ਼ਾ ਲੈਣਾ ਸੀ। ਕੁਝ ਲੋਕਾਂ ਜਿਹਨਾਂ ਬੰਦਿਆਂ ਨੂੰ ਅਲਾਟਮੈਂਟ ਕੀਤੀ ਗਈ ਉਹਨਾਂ ਨੇ 1/4 ਇੱਕ ਵਾਰੀ ਪੈਸੇ ਜਮ੍ਹਾਂ ਕਰਾ ਕੇ ਬਾਕੀ ਕਿਸ਼ਤਾਂ ਨਹੀਂ ਕਰਾਈਆਂ, ਅਤੇ ਲੇਕਿਨ ਇਹ ਪਲਾਟਾਂ ਦੇ ਨਜਾਇਜ਼ ਉੱਥੇ ਬੈਠੇ ਨਜਾਇਜ਼, ਅੱਜ ਇਹ ਨਜਾਇਜ਼ ਕਬਜ਼ਾ ਦੂਰ ਬੜੇ ਪੀਸਫੁਲ ਢੰਗ ਨਾਲ ਕਰਾਇਆ ਗਿਆ। ਇਹ ਬੜੇ ਪੀਸਫੁਲ ਢੰਗ ਨਾਲ ਹੋਇਆ ਜੀ, ਸਾਡੇ ਕੋਲ ਫੋਰਸ ਵੀ ਪੂਰੀ ਆ, ਅਪਰੂਵਲ ਟਰੱਸਟ ਦਾ ਸਟਾਫ ਵੀ ਸਾਰਾ ਵਾ, ਐਕਸ਼ਨ ਸਾਹਿਬ ਵੀ ਨਾਲ ਨੇ, ਸਾਰਾ ਸਟਾਫ ਨਾਲ ਵਾ, ਬੜੇ ਪੀਸਫੁਲ ਢੰਗ ਨਾਲ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ।